ਸਤਿ ਸ਼੍ਰੀ ਅਕਾਲ ਜੀ ਸਾਰੇ PBC ਚੈਨਲ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਦਾਬ ਨਮਸਤੇ ਅਤੇ ਵੈਰੀ ਗੁੱਡ ਈਵਨਿੰਗ। ਅੱਜ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਮੈਂ ਇਕੱਲਾ ਹੀ ਅੱਜ ਪ੍ਰੋਗਰਾਮ ਕਰ ਰਿਹਾ ਅਤੇ ਭੈਣ ਜੀ ਹੁਣ ਇੰਡੀਆ ਗਏ ਹੈ, ਲੇਕਿਨ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਵਾਲ ਕੁਛ ਮੇਰੇ ਹੋਣਗੇ, ਕੁਛ ਸੰਗਤ ਦੇ ਸਵਾਲਾਂ ਦੇ ਜਵਾਬ ਹੋਣਗੇ। ਅਤੇ ਜੀਵਨ ਜਾਂਚ, ਜੀਵਨ ਜਾਂਚ ਪ੍ਰੋਗਰਾਮ ਦਾ ਨਾਂ ਹੈ। ਜੀਵਨ ਕੀ ਹੈ, ਕੀ ਆਪਾਂ ਜੀਵਨ ਨੂੰ ਸਮਝਦੇ ਹਾਂ ਕਿ ਬਹੁਤ ਵੱਡਾ ਬੈਂਕ ਬੈਲੈਂਸ ਹੋਵੇ, ਬਹੁਤ ਵੱਡੇ ਮਹਿਲ ਮਨਾਰੇ ਹੋਣ, ਜਾਂ ਇੱਕ ਕੋਈ ਬਹੁਤ ਵੱਡਾ ਇਲੈਕਸ਼ਨ ਜਿੱਤਣਾ, ਜਾਂ ਇੱਕ ਬਹੁਤ ਵੱਡਾ ਅਹੁਦਾ ਪ੍ਰਾਪਤ ਕਰ ਲੈਣਾ, ਇਹ ਜੀਵਨ ਹੈ। ਜੇ ਇਹ ਜੀਵਨ ਹੈ ਤਾਂ ਫਿਰ ਜਾਂਚ ਕਿੱਥੇ ਗਈ? ਸਾਡੇ ਗੁਰੂਆਂ ਨੇ ਸਾਨੂੰ ਜਾਂਚ ਉਹ ਗੁਰਬਾਣੀ ਦੇ ਰਾਹੀਂ ਦੱਸੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਕੁਦਰਤ ਦੇ ਨਾਲ ਪਿਆਰ ਕਰਨਾ। ਪਵਨ ਗੁਰੂ ਪਾਣੀ ਪਿਤਾ ਅਤੇ ਧਰਤ ਨੂੰ ਮਾਤਾ, ਕਿ ਜੇ ਇਹ ਗੁਰੂਆਂ ਨੇ ਜਾਂਚ ਦੱਸੀ ਹੈ ਤਾਂ ਫਿਰ ਜੀਵਨ ਤਾਂ ਇਹ ਹੋਇਆ ਨਾ। ਅਸੀਂ 2024 ਦੇ ਵਿੱਚ ਆ ਚੁੱਕੇ ਹਾਂ। 2024 ਆਪਾਂ, ਮੈਨੂੰ ਲੱਗਦਾ ਕਿ ਇਹ ਸਾਲ ਵਧਾਈਆਂ ਦਿੱਤੀਆਂ, ਹੈਪੀ ਨਿਊ ਈਅਰ ਕਿਹਾ, ਲੇਕਿਨ ਜਿਵੇਂ ਤੁਹਾਨੂੰ ਪਤਾ ਹੈ ਕਿ ਕੈਨੇਡਾ, ਅਮੈਰੀਕਾ, ਇੰਗਲੈਂਡ, ਇੰਡੀਆ, ਉੱਥੇ ਕੀ ਹੋਣ ਜਾ ਰਿਹਾ ਹੈ ਇਲੈਕਸ਼ਨ, ਅਤੇ ਦੂਸਰੇ ਪਾਸੇ ਸੰਸਾਰ ਦੀ ਸਥਿਤੀ, ਨਾ ਤਾਂ ਪਿਛਲੇ ਸਾਲ ਜੰਗਾਂ ਬੰਦ ਹੋਈਆਂ, ਨਾ ਪਿਛਲੇ ਸਾਲ ਅੱਗਾਂ ਬੰਦ ਹੋਈਆਂ ਜੰਗਲਾਤ ਨੂੰ ਲੱਗਦੀਆਂ, ਨਾ ਫਲੱਡ ਰੁਕੇ, ਅਤੇ ਨਾ ਹੀ ਕਿਸੇ ਗਰੀਬੀ ਜੋ ਕਿ ਭੁੱਖ ਮਰੀ ਉਹਦੇ ਕੋਈ ਉਹਦਾ ਬੰਦੋਬਸਤ ਹੋਇਆ। ਅਤੇ ਜੋ ਸਥਿਤੀ ਹੈ ਸੰਸਾਰ ਦੀ, ਭਾਰਤ ਦੀ, ਮੈਂ ਥੋੜ੍ਹੇ ਅੰਕੜੇ ਸਾਂਝੇ ਕਰ ਰਿਹਾ ਉਸ ਦੇ ਨਾਲ ਕਿ 70% ਜੋ ਪਾਣੀ ਹੈ ਇੰਡੀਆ ਦਾ ਉਹ ਖੇਤੀਬਾੜੀ 'ਤੇ ਲੱਗਦਾ ਹੈ। ਅਤੇ ਨਾਲੇ ਆਪਾਂ ਹੋਰ ਕਈ ਪ੍ਰੋਗਰਾਮਾਂ ਦੇ ਵਿੱਚ ਗੱਲ ਕੀਤੀ ਹੈ ਕਿ 97% ਜਿਹੜਾ ਪਾਣੀ ਹੈ ਉਹ ਸਮੁੰਦਰ 'ਚ ਹੈ, 2% ਗਲੇਸ਼ੀਅਰ ਦੇ ਵਿੱਚ ਹੈ, ਅਤੇ 1% ਜੋ ਹੈ ਕਿ ਉਹ ਧਰਤੀ 'ਤੇ ਹੈ ਜਾਂ ਧਰਤੀ ਦੇ ਵਿੱਚ ਹੈ। ਕੀ ਅਸੀਂ ਪਾਣੀ ਦੀ ਕਦਰ ਕੀਤੀ? ਜੇ ਕੀਤੀ ਹੈ ਤਾਂ ਫਿਰ 1.1 ਬਿਲੀਅਨ ਲੋਕ ਵਰਲਡ ਵਾਈਡ, ਉਹ ਦੇ ਹੈਵ ਲੈਕ ਆਫ ਐਕਸੈਸ ਟੂ ਦੀ ਵਾਟਰ। ਜੇ ਆਪਾਂ ਪਾਣੀ ਦੀ ਕਦਰ ਕੀਤੀ ਹੈ ਤਾਂ 40% ਇੰਡੀਅਨ ਪਾਪੂਲੇਸ਼ਨ ਵਿਲ ਹੈਵ ਨੋ ਡਰਿੰਕਿੰਗ ਵਾਟਰ ਬਾਈ 2030। ਜੇ ਅਸੀਂ ਕਦਰ ਕੀਤੀ ਹੈ ਪਾਣੀ ਦੀ ਤਾਂ ਫਿਰ ਜਿਹੜੇ ਅਫਰੀਕਾ ਦੇ ਵਿੱਚ, ਉੱਥੇ ਬੱਚੇ 10-10, 20-20 ਮੀਲ ਜਾ ਕੇ ਆਪਣੇ ਸਿਰਾਂ 'ਤੇ ਬਰਤਨ ਰੱਖ ਕੇ ਪਾਣੀ ਲੈਣ ਜਾਂਦੇ ਆ, ਉਹ ਵੀ ਉਹ ਪਾਣੀ ਜਿਹੜਾ ਕਿ ਪੀਣ ਦੇ ਵੀ ਕਾਬਲ ਨਹੀਂ, ਇਹ ਕਦਰ ਕੀਤੀ ਹੈ। ਅਤੇ ਫਿਰ ਕੀ ਜਿਹੜੇ ਇਲੈਕਸ਼ਨ ਆ ਰਹੇ ਹੈ ਉਹਦੇ ਵਿੱਚ ਕਿਸੇ ਵੀ ਪਾਰਟੀ ਨੇ, ਭਾਵੇਂ ਕਿਸੇ ਵੀ ਕੰਟਰੀ ਦੀ ਹੋਵੇ, ਉਹਨਾਂ ਨੇ ਆਪਣੇ ਮੈਨੀਫੈਸਟੋਆਂ ਦੇ ਵਿੱਚ ਇਹ ਲਿਖਿਆ ਹੈ ਜਾਂ ਲਿਖਣਗੇ ਕਿ ਅਸੀਂ ਪਾਣੀ ਬਚਾਉਣ ਦੀ ਕੋਸ਼ਿਸ਼ ਕਰਾਂਗੇ। ਇੱਕ ਓਕੇ ਹੁਣ ਪੈਰਿਸ ਅਗਰੀਮੈਂਟ, G20, COP28, ਇਹ ਸਾਰੇ ਦੇਖੇ, ਮੈਂ ਕਹਿੰਦਾ ਕਿ ਉਹ ਖਤਮ ਨਹੀਂ ਸੀ ਹੋਏ ਹਜੇ, ਅਤੇ ਵਾਅਦੇ
मुकरे गए वादियां तो। फिर जे आपां ओहो सम्मेलना तो कुछ झाक करिए तो फिर इलेक्शन दे दिन कंट्री कोई भावे हो गए उन्होंने जो मैनीफेस्टो दे बजट एनवायरमेंट प्रोटेक्शन वास्ते की रखा गया तो यह भी अंकड़े तुसी सुन लो कि इंडिया साडा भारत 0.07% टोटल बजट के विचों एनवायरमेंट के प्रोटेक्शन वास्ते लगाया जाता है। यूके 0.7% तो यूएस 2%। जे आप समझते हैं कि जो एनवायरमेंटल इशू है वह प्रायोरिटाइज होने चाहिए है उन्होंने ज़्यादा गंभीरता नाल सोचना चाहिए ये भखदे मसले हैं तो फिर कोई भी कंट्री 2-2.5% तो बजट के उत्तों टपया नहीं कि साडा ये फर्ज नहीं बनता। जे असी अपने आप में एनवायरमेंटल पीपल शख्सियतां कहाने हैं तो सानू ये आवाज़ भी उन्हां लीडर तक पहुँचानी चाहिए है। फिर देखो कि आपां कहने हैं कि जीवन का मकसद की है कि ये मकसद है कि असी ये सब कुछ भुल के तो सिर्फ अपनी जो एक्सपोजर है परसनैलिटी नूं पिक्चर पा पा के वो करते रहिए। गुरुआ ने की दसा सर या भगत पूरन सिंह की गल कर लीए बहुत जन्म बिछड़े थे माधो कि जन्म तुम्हारे देखे उन्होंने अपनी सारी जिंदगी मनुखता की खातर वो लेखे ला दी की लोड़ सी भगत पूरन सिंह या उन्होंने माता महताब कौर जिन्होंने अपना कारोबार छड के अपने पुत्र रास्तिया चो कंडे मेखा चुगन ला दिता। केड़ी दुनिया की माँ है जिहड़ी अपने बच्चे नूं कहूगी कि मेरा बत्ता बच्चा भगत बन जाए। हर माँ डॉक्टर बनाना चाहती है इंजीनियर बनाना चाहती है व्यापार के विच ओह शाइन करे ये सुखा सुखदी है कि उस माँ ने अपने बच्चे नूं भगत बनाया। वो बच्चा एक आप जीवन जाच की जो गल करते हैं कि जीवन वो सी कि 24 साल साइकिल स्टैंड के थले गुजारे। एक पिंगले बच्चे नूं डेरा साहब गुरुद्वारे के मूहरों चक के उन सारी उम्र अपने मोढ़िया ते बिठाया ये जीवन है। ये गुरबाणी के अनुसार मेरे ख्याल के मुताबिक एक ही होगा। आप ब्रह्मांड दी गल्लां करते हैं गुरु साहबान गुरबाणी ब्रह्मांड दी गल्लां करती है कि हर इंसान पौद्यां तक पंछियों तक जानवरों तक उन्हों ब्रह्मांड ने उहदे असूलों के मुताबिक उन्हों बनाया है कि वह दुनिया नूं कुछ दे के जाए ते आपां जे देण आए हैं तो फिर स्टेजां तों सम्मेलनां विच समागमां विच इदां दे रोल मॉडलां दीआं गल्लां होण। साडे गुरु साहिबान तां रोल मॉडल है साडे गुरु साहिबान लेकिन उन्हां दी गुरबाणी नूं सुण के जिहड़े रोल मॉडल बने उन्हां दीआं वी गल्लां होण। आपां अजकल देखते हैं सोशल मीडिया से किसी नूं एक दूसरे का मैसेज पढ़न का टाइम नहीं है सिर्फ मैसेज एक्सपोर्ट कर रहे हैं सुन नहीं रहे। तो जिमें आपां पानियां दी गल कीती है जिमें आपां भुखमरी की गल करते हैं ये तां ही इन्हां नूं आपां नठ पा सकते हैं
ਜੇ ਅਸੀਂ ਰੋਲ ਮਾਡਲਾਂ ਦੀਆਂ ਗੱਲਾਂ ਸੁਣੀਏ। ਮੈਂ ਬਹੁਤ ਪ੍ਰੋਗਰਾਮਾਂ ਦੇ ਵਿੱਚ ਕਹਿੰਦਾ ਹਾਂ ਕਿ ਹੁਣ ਟਾਈਮ ਪ੍ਰਚਾਰਕਾਂ ਦਾ, ਚਲੋ ਠੀਕ ਹੈ ਪ੍ਰਚਾਰਕਾਂ ਦਾ ਹੈ, ਸੁਣਨ ਦਾ ਵੀ ਹੈ, ਪਰ ਉਹਨਾਂ ਦੇ ਨਾਲੋਂ ਜ਼ਿਆਦਾ ਕੁਛ ਕਰਨ ਦਾ ਹੈ। ਕਿਉਂਕਿ ਜੇ ਆਪਾਂ ਕਹੀਏ ਕਿ ਪ੍ਰਚਾਰ ਅੱਜ ਤੋਂ 20-30 ਸਾਲ ਪਹਿਲਾਂ ਇਦੋਂ 10 ਗੁਣਾ ਵੀ ਘੱਟ ਸੀਗਾ, ਹੁਣ 10 ਗੁਣੇ ਜ਼ਿਆਦਾ ਹੈ। ਅਤੇ ਫਿਰ ਅੱਜ ਅਸੀਂ ਹਾਲਾਤ ਦੇਖ ਰਹੇ ਹਾਂ, ਉਹ ਕਿਉਂ ਦੇਖ ਰਹੇ ਹਾਂ, ਕੀ ਕਾਰਨ ਹੈ ਇਹਨਾਂ ਦਾ? ਮੈਂ ਕਹਾਂਗਾ ਕਿ ਆਪਾਂ ਉਦਾਹਰਣਾਂ ਦੀ ਉਹਨਾਂ ਮਗਰ ਚੱਲੀਏ, ਉਹਨਾਂ ਦੀਆਂ ਗੱਲਾਂ ਸੁਣੀਏ, ਉਹਨਾਂ ਦੀ ਜ਼ਿੰਦਗੀ ਦੀਆਂ ਕਹਾਣੀਆਂ ਸੁਣੀਏ ਅਤੇ ਉਹਨਾਂ 'ਤੇ ਅਮਲ ਕਰੀਏ। ਜਿਵੇਂ ਕਿ ਕਹਿੰਦੇ ਆ ਕਿ ਉੱਥੇ ਅਮਲਾਂ ਦੇ ਹੋਣਗੇ ਨਿਬੇੜੇ, ਕਿਸੇ ਨਾ ਤੇਰੀ ਯਾਦ ਪੁੱਛਣੀ, ਕਿਸੇ ਨਾ ਤੇਰੀ ਬਾਤ ਪੁੱਛਣੀ। ਉੱਥੇ ਬਾਤਾਂ ਨਹੀਂ ਪੁੱਛੀਆਂ ਜਾਣੀਆਂ। ਜੇ ਆਪਾਂ ਗੁਰਬਾਣੀ ਦੀ ਗੱਲ ਕਰਦੇ ਹਾਂ ਤਾਂ ਪਤਾ ਨਹੀਂ ਕਿੰਨੇ ਵਾਰੀ 184 ਜੂਨ ਦੀ ਗੱਲ ਆਉਂਦੀ ਹੈ। ਕੀ ਅਸੀਂ ਸੋਚਿਆ ਕਿ ਉਹ 184 ਜੂਨ ਜਾਂ ਤਾਂ ਭੋਗ ਕੇ ਆਏ ਹਾਂ ਅਤੇ ਨਹੀਂ ਫਿਰ ਭੋਗਣੀ ਪਏਗੀ। ਜੇ ਮਨੁੱਖੀ ਜੀਵਨ ਮਿਲਿਆ ਤਾਂ ਇਹਦੇ ਵਿੱਚ ਅਮਲਾਂ 'ਤੇ ਨਿਬੇੜੇ ਹੋਣੇ ਆ, ਅਮਲ ਕਰੀਏ ਅਤੇ ਕੁਛ ਨਾ ਕੁਛ ਕਰਕੇ ਜਾਈਏ। ਫਿਰ ਆਪਾਂ ਦੇਖੋ ਕਿ ਹਮੇਸ਼ਾ ਜਦੋਂ ਕਿਤੇ ਗੱਲ ਕਰਦੇ ਹਾਂ, ਕਿਸੇ ਨੂੰ ਕੋਈ ਸਵਾਲ ਪਾਉਂਦੇ ਹਾਂ, ਕਿਸੇ ਤੋਂ ਕੁਛ ਦਾਨ ਮੰਗਦੇ ਹਾਂ ਜਾਂ ਕਿਸੇ ਨੂੰ ਕੋਈ ਸਿੱਖਿਆ ਦਿੰਦੇ ਹਾਂ, ਤਾਂ ਉਹਨਾਂ ਦਾ ਸਵਾਲ ਇਹ ਹੁੰਦਾ ਕਿ ਮੈਨੂੰ ਇਹ ਤੱਕ ਕੀ ਮਤਲਬ, ਦੁਨੀਆ ਮਤਲਬ ਸਵਾਰਥ ਅਤੇ ਲਾਲਚ 'ਤੇ ਇੱਕ ਐਸੀ ਬੇੜੀ ਹੈ ਇਹ ਜਿਸ ਦੀ ਮੁਸਾਫਰ ਹੋ ਚੁੱਕੀ ਹੈ ਦੁਨੀਆ। ਅਤੇ ਸਾਨੂੰ ਜੇ ਅਸੀਂ ਅਮਲ ਕਰਨੇ ਹੈ ਅਤੇ ਲੇਖੇ ਦੇਣੇ ਹੈ ਫਿਰ ਇਸ ਮੁਸਾਫਰੀ ਤੋਂ ਦੂਰ ਰਹਿਣਾ ਪਊਗਾ। ਭਗਤ ਪੂਰਨ ਸਿੰਘ ਵਰਗੇ ਭਗਤਾਂ ਦੀਆਂ ਕੁਰਬਾਨੀਆਂ 'ਤੇ ਉਹਨਾਂ ਦੀ ਦਾਤ ਦੇਣੀ ਪਊਗੀ। ਉੱਦਾਂ ਦੀਆਂ ਜਿਹੜੀਆਂ ਕਿ ਉਹਨਾਂ ਦੀਆਂ ਸੰਸਥਾਵਾਂ ਬਣਾਈਆਂ ਉਹਨਾਂ ਦਾ ਸਾਥ ਦੇਣਾ ਪਊਗਾ। ਕਿਉਂਕਿ ਮੈਂ ਕਹਿੰਦਾ ਕਿ ਮੈਨੂੰ ਵਿਸ਼ਵਾਸ ਹੈ ਕਿ ਪਿੰਗਲਵਾੜਾ ਇੱਕ ਐਸੀ ਪਵਿੱਤਰ ਸੰਸਥਾ ਹੈ ਜੋ ਦੁਨੀਆ ਦੇ ਵਿੱਚ ਇੱਦਾਂ ਦਾ ਕੋਈ ਭਗਤ, ਕੋਈ ਮਿਸਾਲ ਨਹੀਂ ਮਿਲਦੀ। ਅਤੇ ਉਹਨਾਂ ਨੇ ਇੱਕ ਬਹੁਤ ਹੀ ਲਾਇਕ ਅਤੇ ਪਰਖੇ ਹੋਏ ਇਨਸਾਨ ਡਾਕਟਰ ਬੀਬੀ ਇੰਦਰਜੀਤ ਕੌਰ, ਜਿਨ੍ਹਾਂ ਨੂੰ ਪਿੰਗਲਵਾੜੇ ਦੀ ਵਾਂਗਡੋਰ ਸੰਭਾਲੀ, ਬੜੀ ਬੇਖੂਬੀ ਦੇ ਨਾਲ ਉਹ ਸੇਵਾ ਕਰ ਰਹੇ ਹੈ। ਇਹ ਵੀ ਸਾਡੇ ਵਾਸਤੇ ਇੱਕ ਖੁਸ਼ਕਿਸਮਤੀ ਹੈ ਕਿ ਐਡੀ ਮਹਾਨ ਹਸਤੀ ਸਾਨੂੰ ਇੱਕ ਐਸੀ ਮਹਾਨ ਹਸਤੀ ਦੇ ਕੇ ਗਏ ਹੈ। ਅਤੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜੇ ਤੁਸੀਂ ਪਿੰਗਲਵਾੜੇ ਦਰਬਾਰ ਸਾਹਿਬ, ਹਰਿਮੰਦਰ ਸਾਹਿਬ ਉੱਥੇ ਜਾਂਦੇ ਹੈ ਤਾਂ ਪਿੰਗਲਵਾੜੇ ਜ਼ਰੂਰ ਜਾ ਕੇ ਆਓ। ਕਿਉਂਕਿ ਪਿੰਗਲਵਾੜਾ ਇੱਕ ਉਹ ਘਰ ਹੈ ਜੋ ਨਿਮਾਣਿਆਂ ਨੂੰ ਮਾਣ ਦਿੰਦਾ ਹੈ, ਨਿਤਾਣਿਆਂ ਨੂੰ ਤਾਣ ਦਿੰਦਾ ਹੈ, ਨਿਓਟਿਆਂ ਨੂੰ ਵੋਟ ਮਿਲਦੀ ਹੈ, ਉੱਥੇ ਬੇਸਹਾਰਿਆਂ ਦਾ ਸਹਾਰਾ ਹੈ। ਜ਼ਰੂਰ ਜਾ ਕੇ ਆਓ, ਦੇਖੋ ਕਿ ਮਨੁੱਖਤਾ ਜੋ ਵਿਲਕਦੀ, ਰੋਂਦੀ, ਦੁਖੀ, ਉਹਨਾਂ ਦਾ ਕਿਵੇਂ ਇਲਾਜ ਹੋ ਰਿਹਾ ਵੱਖਰੇ ਵੱਖਰੇ ਡਿਪਾਰਟਮੈਂਟਾਂ ਦੇ ਵਿੱਚ, ਜ਼ਰੂਰ ਦੇਖੋ। ਫਿਰ ਤੁਹਾਨੂੰ ਪਤਾ ਲੱਗੇਗਾ, ਬਹੁਤ ਸਾਡੇ ਦਾਨੀ ਉਹ ਸਵਾਲ ਸਾਨੂੰ ਕਰਦੇ ਆ ਕਿ ਉੱਥੇ ਕਿੰਨੇ ਡਿਪਾਰਟਮੈਂਟ ਹਨ, ਉੱਥੇ ਕਿੰਨੀਆਂ ਸਹੂਲਤਾਂ ਹਨ, ਕਿੰਨੇ ਮਰੀਜ਼ ਹਨ, ਕਿੰਨੇ ਸਕੂਲ ਹਨ, ਕਿੰਨੀਆਂ ਲੈਬੋਰਟਰੀਆਂ ਹਨ। ਇਹ ਸਾਰੇ ਜਵਾਬ ਤੁਹਾਨੂੰ ਉੱਥੇ ਮਿਲ ਜਾਣਗੇ। ਅਤੇ ਮੈਂ ਬੜਾ ਖੁਸ਼ਕਿਸਮਤ ਹਾਂ, ਸਾਡੇ ਟਰੱਸਟੀ ਸਾਹਿਬਾਨ ਖੁਸ਼ਕਿਸਮਤ ਹੈ ਕਿ ਇਹ ਜੋ ਪ੍ਰੋਗਰਾਮ ਅਸੀਂ ਜੀਵਨ ਜਾਂਚ ਕਰਦੇ ਹਾਂ PVC ਚੈਨਲ ਦੇ ਰਾਹੀਂ, ਇਹ ਸਾਰੀ ਦੁਨੀਆ ਤੱਕ ਜਾਂਦਾ ਹੈ। ਅਤੇ ਸਾਨੂੰ ਇਹ ਵੀ ਸਪਸ਼ਟੀ ਹੈ ਕਿ UK ਦੇ ਵਿੱਚ ਬਹੁਤ ਦੇਰ ਤੋਂ ਜੋ ਪਿੰਗਲਵਾੜੇ ਨਾਲ ਸੰਗਤ ਜੁੜੀ ਹੈ
ਉਹ ਵੀ ਸਾਡੇ ਨਾਲ ਜੁੜ ਰਹੀ ਹੈ। ਇੱਕ ਬਹੁਤ ਇੰਟਰਸਟਿੰਗ ਕਹਾਣੀ, ਲਾਸਟ ਵੀਕ 1962 ਦੇ ਵਿੱਚ ਇੱਕ ਸਿੰਘ ਸਾਹਿਬ ਮਾਨਚੈਸਟਰ ਤੋਂ ਉਹਨਾਂ ਨੇ PVC ਚੈਨਲ 'ਤੇ ਪ੍ਰੋਗਰਾਮ ਦੇਖ ਕੇ ਮੈਨੂੰ ਕੰਟੈਕਟ ਕੀਤਾ ਅਤੇ ਉਹਨਾਂ ਨੇ ਆਪਣੀ ਹੱਡ ਬੀਤੀ ਦੱਸੀ ਕਿ 1962 ਦੇ ਵਿੱਚ ਚੰਡੀਗੜ੍ਹ ਸੈਕਟਰ 32 ਦੇ ਵਿੱਚ ਉਹ ਟੀਚਰ ਸਨ ਅਤੇ ਭਗਤ ਪੂਰਨ ਸਿੰਘ ਉੱਥੇ ਦਾਨ ਮੰਗਣ ਆਏ ਅਤੇ 1962 ਦੇ ਵਿੱਚ ਉਹਨਾਂ ਨੇ 5 ਰੁਪਏ ਭਗਤ ਜੀ ਨੂੰ ਦਾਨ ਕੀਤੇ ਅਤੇ ਉਹਨਾਂ ਨੇ ਦੱਸਿਆ ਕਿ ਕਿਵੇਂ ਉਹ ਪੁਰਾਣੇ ਅਖਬਾਰਾਂ 'ਤੇ ਲਿਖਤਾਂ ਕਰ ਰਹੇ ਸਨ। ਐਡਾ ਵੱਡਾ ਇਨਵਾਇਰਮੈਂਟਲਿਸਟ ਜਿਹੜੇ ਕਿ ਜਿਨ੍ਹਾਂ ਨੇ ਕਿ ਪੇਪਰ ਵੀ ਉਹ ਨਵੇਂ ਨਹੀਂ ਵਰਤੇ, ਪੁਰਾਣੇ ਅਖਬਾਰਾਂ 'ਤੇ ਉਹਨਾਂ ਨੇ ਆਪਣੀਆਂ ਲਿਖਤਾਂ ਲਿਖੀਆਂ। ਮੈਂ ਖੁਦ ਉਹਨਾਂ ਲਿਖਤਾਂ ਦੇ ਦਰਸ਼ਨ ਕਰ ਚੁੱਕਿਆ ਅਤੇ ਫਿਰ ਕਿਉਂ ਨਹੀਂ ਆਪਾਂ ਜੇ ਮੁੱਦਾ ਸੰਸਾਰ ਦੇ ਵਾਸਤੇ ਇਨਵਾਇਰਮੈਂਟ ਦਾ ਹੈ, ਸੁੱਕਦੇ ਪਾਣੀਆਂ ਦਾ ਹੈ, ਫੋਰੈਸਟ ਨੂੰ ਅੱਗ ਲੱਗਣ ਦਾ ਹੈ, ਹੋਰ ਬਿਮਾਰੀਆਂ ਦਾ ਹੈ, ਕੈਂਸਰ ਦਾ ਹੈ, ਭੁੱਖਮਰੀ ਦਾ ਹੈ, ਤਾਂ ਆਪਾਂ ਧਿਆਨ ਨਾਲ ਸੋਚੀਏ ਕਿ ਜੇ ਅਸੀਂ ਸੰਸਾਰ ਨੂੰ ਬਚਾਉਣਾ ਹੈ ਤਾਂ ਸਾਨੂੰ ਸੋਚ ਬਦਲਣੀ ਪਊਗੀ। ਭਗਤ ਪੂਰਨ ਸਿੰਘ ਦੇ ਉਸ ਸਲੋਗਨ 'ਤੇ ਚੱਲਣਾ ਪਊਗਾ। ਉਹ ਦੁਨੀਆ ਦੇ ਲੋਕੋ, ਜੇ ਸੰਸਾਰ ਨੂੰ ਬਚਾਉਣਾ ਤਾਂ ਆਪਣੀ ਸੋਚ ਬਦਲੋ। ਸੋਚ ਕਿੱਥੇ ਖੜੀ ਹੈ ਆਪਣੀ, ਸੰਸਾਰ ਦੀ ਕਿੱਥੇ ਖੜੀ ਹੈ ਉਹ ਆਪਾਂ ਨੂੰ ਦੱਸ ਰਿਹਾ। World War III ਦੇ ਬੱਦਲ ਦਿਸ ਰਹੇ ਹੈ। ਜੇ ਸੰਸਾਰ ਨੂੰ ਬਚਾਉਣਾ, ਭਾਵੇਂ ਸਰਕਾਰਾਂ ਹੋਣ ਭਾਵੇਂ ਜਨਤਾ ਹੋਵੇ, ਆਪਾਂ ਨੂੰ ਰਲ ਕੇ ਇਹ ਇੱਦਾਂ ਦੇ ਕਰਮ ਚੁੱਕਣੇ ਚਾਹੀਦੇ ਹੈ ਕਿ ਨਾ ਕੋਈ ਉੱਥੇ ਮਾਵਾਂ ਦੇ ਪੁੱਤ ਮਰਨ, ਨਾ ਬੱਚਿਆਂ ਦੀਆਂ ਮਾਵਾਂ ਮਰਨ, ਨਾ ਉਹ ਸਾਰੇ ਸ਼ਹਿਰਾਂ ਦੇ ਸ਼ਹਿਰ ਤਬਾਹ ਹੋਏ ਦੇਖਣ। ਇਹ ਤਾਂ ਹੀ ਹੋ ਸਕਦਾ ਹੈ ਜੇ ਸਾਡੀ ਸੋਚ ਬਦਲੇਗੀ, ਸਵਾਰਥ ਨੂੰ, ਲਾਲਚ ਨੂੰ ਉਹ ਸਾਰਿਆਂ ਨੂੰ ਤਿਆਗ ਕੇ ਸਮਾਜ ਸੇਵਾ ਵੱਲ ਧਿਆਨ ਦੇਈਏ। ਮੈਂ ਹਮੇਸ਼ਾ ਇਹ ਅਪੀਲ ਕਰਦਾ ਹੁੰਦਾ ਕਿ ਆਓ, ਪਿੰਗਲਵਾੜਾ ਸੰਸਥਾ ਚੈਰੀਟੇਬਲ ਸੁਸਾਇਟੀ UK ਇਹਦੇ ਨਾਲ ਜੁੜੋ। ਬਹੁਤ ਦਾਨੀ ਹਨ ਜਿਨ੍ਹਾਂ ਨੂੰ ਹਜੇ ਤੱਕ ਪਤਾ ਨਹੀਂ ਕਿ ਕੰਟੈਕਟ ਕਿਹਦੇ ਨਾਲ ਕੀਤਾ ਜਾਵੇ। ਜੇ ਤੁਸੀਂ ਪ੍ਰੋਗਰਾਮ ਦੇਖਦੇ ਹੋ, ਮੈਂ ਤੁਹਾਡੇ ਅੱਗੇ ਅਪੀਲ ਕਰਾਂਗਾ ਕਿ ਵੱਧ ਤੋਂ ਵੱਧ ਜਿੰਨੇ ਵੀ ਤੁਹਾਡੇ ਕੰਟੈਕਟ ਹੈ, ਇਹ ਵੀ ਤੁਹਾਡੀ ਇੱਕ ਸੇਵਾ ਹੋਏਗੀ, ਇਹ ਵੀ ਇੱਕ ਤੁਹਾਡਾ ਦਾਨ ਹੋਏਗਾ। ਤੁਸੀਂ ਆਪਣੇ ਸਾਰੇ ਕੰਟੈਕਟ 'ਤੇ ਇਹ ਜਿਹੜੇ ਨੰਬਰ ਆ ਰਹੇ ਸਕਰੀਨ 'ਤੇ ਇਹ ਭੇਜੋ, ਅਸੀਂ ਇੰਤਜ਼ਾਰ ਕਰਾਂਗੇ। ਕਿਉਂਕਿ ਜਿੰਨਾ ਚਿਰ ਉਹਨਾਂ ਦਾਨੀਆਂ ਨਾਲ ਜਿਹੜੇ ਕਿ ਅੱਜ ਤੋਂ 20-30-30-40-40 ਸਾਲ ਤੋਂ ਪਿੰਗਲਵਾੜੇ ਨਾਲ ਜੁੜੇ, ਅਸੀਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ, ਉਹਨਾਂ ਨੂੰ ਮਿਲਣਾ ਚਾਹੁੰਦੇ ਹਾਂ। ਭਗਤ ਜੀ ਦੇ ਨਾਲ ਉਹ ਲੋਕ, ਉਹ ਸ਼ਖਸੀਅਤਾਂ ਕਾਫੀ ਹੱਦ ਤੱਕ ਮਿਲੀਆਂ ਵੀ ਹਨ। ਅਸੀਂ ਉਹ ਬੋਲ ਸੁਣਨਾ ਚਾਹੁੰਦੇ ਹਾਂ ਕਿ ਭਗਤ ਜੀ ਨੇ ਕੀ ਕਿਹਾ, ਅਤੇ ਜਦੋਂ ਉਹ ਬੋਲ ਸੁਣੀ ਦੇ ਹਨ, ਉਹ ਬੋਲ ਇੱਕ ਤਰ੍ਹਾਂ ਦੀਆਂ ਕਿਤਾਬਾਂ ਹਨ ਸਾਡੇ ਵਾਸਤੇ। ਉਹ ਬੋਲ ਅਸੀਂ ਦੁਬਾਰਾ ਦੁਬਾਰਾ ਸੁਣਨਾ ਚਾਹੁੰਦੇ ਹਾਂ ਤਾਂ ਕਿ ਉਹਦੇ ਤੋਂ ਸਾਨੂੰ ਕੋਈ ਜੀਵਨ ਜਾਤ ਮਿਲ ਸਕੇ। ਅਤੇ ਇਸ ਕਰਕੇ ਦੂਸਰੇ ਨੰਬਰ 'ਤੇ ਜੇ ਆਪਾਂ ਜਿਹੜਾ ਪ੍ਰੋਗਰਾਮ ਜੀਵਨ ਜਾਂਚ ਹੈ ਇਸ ਨੂੰ ਵੀ ਸ਼ੇਅਰ ਕਰਿਆ ਕਰੋ। ਇਹ ਪ੍ਰੋਗਰਾਮ ਆਸਟ੍ਰੇਲੀਆ, ਅਮੈਰੀਕਾ, ਇੰਗਲੈਂਡ, ਨਿਊਜ਼ੀਲੈਂਡ, ਇੰਡੀਆ, ਸਾਰੇ ਕੰਟਰੀਆਂ 'ਚ ਜਾਂਦਾ ਹੈ। ਅਤੇ ਜਿੱਥੇ ਜਿੱਥੇ ਤੁਸੀਂ ਇਹ ਪ੍ਰੋਗਰਾਮ ਦੇਖ ਰਹੇ ਹੋ, ਜੇ ਤੁਹਾਨੂੰ ਕੋਈ ਜਾਣਕਾਰੀ ਦੀ ਲੋੜ ਹੈ ਤਾਂ ਸਾਡੇ ਨਾਲ ਰਾਬਤਾ ਕਾਇਮ ਕਰੋ। ਟੈਲੀਫੋਨ ਕਿਸੇ ਟਾਈਮ ਵੀ ਕਰ ਸਕਦੇ ਹੋ, ਮੈਸੇਜ ਛੱਡ ਸਕਦੇ ਹੋ, ਕਿਉਂਕਿ ਇਹ ਵੀ ਸਾਡਾ ਇੱਕ ਮੈਨੀਫੈਸਟੋ ਕਹਿ ਲਓ, ਜਾਂ ਸਾਡਾ ਇੱਕ ਇਰਾਦਾ ਕਹਿ ਲਓ, ਜਾਂ ਸਾਡਾ ਇੱਕ ਕਹਿ ਲਓ ਕਿ ਸਾਡਾ ਇਹ ਏਮ ਹੈ ਕਿ ਜਿੰਨਾ ਚਿਰ ਅਸੀਂ ਸਾਰੇ
ਉਹਨਾਂ ਦਾਨੀਆਂ ਨੂੰ, ਉਹਨਾਂ ਪਿੰਗਲਵਾੜੇ ਦੇ ਸਮਰਥਕਾਂ ਨੂੰ, ਭਗਤ ਪੂਰਨ ਸਿੰਘ ਦੀ ਜ਼ਿੰਦਗੀ ਨਾਲ ਜੁੜੇ, ਉਹਨਾਂ ਦੇ ਉਪਦੇਸ਼ਾਂ ਨਾਲ ਜੁੜੇ ਇਨਸਾਨ ਉਹਨਾਂ ਨੂੰ ਨਹੀਂ ਮਿਲਦੇ ਤਾਂ ਉਹਨਾਂ 'ਚ ਸਾਡੀ ਵੀ ਸੰਤੁਸ਼ਟੀ ਨਹੀਂ ਹੋਵੇਗੀ। ਸੋ ਇਸ ਕਰਕੇ ਆਪਾਂ ਸਾਰੇ ਰਲ ਕੇ ਇਕੱਠੇ ਹੋ ਕੇ ਹੰਬਲਾ ਮਾਰੀਏ, ਇਸ ਸੰਸਥਾ ਦੇ ਨਾਲ ਜੁੜੀਏ। ਮੈਂ ਕਹਾਂਗਾ ਕਿ ਕਿਸੇ ਵੀ ਸੰਸਥਾ ਦੇ ਨਾਲ ਤੁਸੀਂ ਜੁੜੇ, ਲੇਕਿਨ ਇੱਕ ਦਿਮਾਗ ਦੇ ਵਿੱਚ ਜ਼ਰੂਰ ਗੱਲ ਸੋਚੀਏ ਕਿ ਇਸ ਦੁਨੀਆ 'ਤੇ ਆਪਾਂ ਆਏ ਹਾਂ, ਕੁਛ ਦੁਨੀਆ ਨੂੰ ਦੇ ਕੇ ਜਾਈਏ, ਕੋਈ ਐਸਾ ਨਿਸ਼ਾਨ ਛੱਡ ਕੇ ਜਾਈਏ ਕਿ ਜਦੋਂ ਅਸੀਂ ਚਲੇ ਵੀ ਜਾਈਏ ਤਾਂ ਦੁਨੀਆ ਸਾਡੀ ਚੰਗਿਆਈ ਨੂੰ, ਸਾਡੇ ਚੰਗੇ ਕੰਮਾਂ ਨੂੰ, ਉਹਨਾਂ ਨੂੰ ਮਿਸ ਕਰੇ, ਯਾਦ ਕਰੇ। ਅੱਜ ਅਸੀਂ ਭਗਤ ਪੂਰਨ ਸਿੰਘ ਨੂੰ, ਉਹਨਾਂ ਨੂੰ ਕਿਉਂ ਯਾਦ ਕਰ ਰਹੇ ਹਾਂ ਕਿ ਜੋ ਉਹਨਾਂ ਨੇ ਦੁਹਾਈਆਂ ਪਾਈਆਂ, ਦੇਖੋ ਕਿ ਦੁਹਾਈ ਪਾਉਣੀ ਵੀ ਇੱਕ ਬਹੁਤ ਵੱਡਾ ਪੁੰਨ ਹੈ। ਉਹਨਾਂ ਨੂੰ ਦਿਸ ਰਿਹਾ ਸੀ ਕਿ ਜਿਵੇਂ ਅਸੀਂ ਅਣਗਹਿਲੀਆਂ ਕਰ ਰਹੇ ਹਾਂ ਇਹਨਾਂ ਦੇ ਰਿਜ਼ਲਟ ਕੀ ਨਿਕਲਣਗੇ। ਉਹ ਇੱਥੋਂ ਤੱਕ ਕਿ ਦਰਬਾਰ ਸਾਹਿਬ ਦੇ ਬਾਹਰ, ਹਰਿਮੰਦਰ ਸਾਹਿਬ ਦੇ ਬਾਹਰ ਜਦੋਂ ਫਰਸ਼ਾਂ ਧੋਤੀਆਂ ਜਾਂਦੀਆਂ ਸੀ ਤਾਂ ਸੇਵਾਦਾਰਾਂ ਨੂੰ ਉਹਨਾਂ ਨਾਲ ਲੜ ਪੈਂਦੇ ਸੀ ਕਿ ਤੁਸੀਂ ਪਾਣੀ ਲੋੜ ਤੋਂ ਜ਼ਿਆਦਾ ਵਰਤ ਰਹੇ ਹੋ। ਉਹ ਡੇਰਾ ਸਾਹਿਬ ਗੁਰਦੁਆਰਾ ਦੇ ਵਿੱਚ ਜਦੋਂ ਲਾਂਗਰੀ ਲੰਗਰ ਬਣਾਉਂਦੇ ਸੀ ਤਾਂ ਉਹਨਾਂ ਨਾਲ ਗੁੱਸੇ ਹੋ ਜਾਂਦੇ ਸੀ ਕਿ ਤੁਸੀਂ ਬਾਲਣ ਜ਼ਿਆਦਾ ਵਰਤ ਰਹੇ ਹੋ। ਇਹ ਹੈ ਇਨਵਾਇਰਮੈਂਟ, ਇਨਵਾਇਰਮੈਂਟਲ ਬਣਨਾ ਜਾਂ ਇਨਵਾਇਰਮੈਂਟ ਦਾ ਖਿਆਲ ਕਰਨਾ, ਨਿੱਕੇ ਤੋਂ ਨਿੱਕਾ ਕੰਮ ਵੀ ਉਹ ਇੱਕ ਬਹੁਤ ਵੱਡਾ ਸਾਬਤ ਹੋ ਸਕਦਾ ਹੈ ਜੇ ਉਹਨਾਂ ਨੇ ਸਾਨੂੰ ਚੇਤਾਵਨੀਆਂ ਦਿੱਤੀਆਂ। ਅਤੇ ਅਸੀਂ ਅੱਜ ਇਸ ਪ੍ਰੋਗਰਾਮ ਦੇ ਮਾਧਿਅਮ ਦੇ ਰਾਹੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਭਗਤ ਪੂਰਨ ਸਿੰਘ ਜੀ ਇਨਵਾਇਰਮੈਂਟਲਿਸਟ, ਸਮਾਜ ਸੇਵੀ, ਇੱਕ ਚੰਗੇ ਇਨਸਾਨ ਅਤੇ ਇੱਕ ਚੰਗੇ ਬੇਟੇ। ਮੈਂ ਸਕੂਲਾਂ ਵਾਲਿਆਂ ਨੂੰ, ਬਹੁਤ ਸਕੂਲਾਂ ਦੇ ਜਿਹੜੇ ਗਵਰਨਰ ਹੈ ਉਹਨਾਂ ਤੱਕ ਮੈਸੇਜ ਚੱਲਣਾ ਕਿ ਜੇ ਬੱਚਿਆਂ ਨੂੰ ਕਿਤੇ ਵੀ ਤੁਹਾਨੂੰ ਲੋੜ ਪਵੇ ਤਾਂ ਭਗਤ ਪੂਰਨ ਸਿੰਘ ਦੀਆਂ ਕਹਾਣੀਆਂ ਬੱਚਿਆਂ ਨੂੰ ਜ਼ਰੂਰ ਸੁਣਾਇਆ ਕਰੋ, ਕਿਉਂਕਿ ਉਹ ਭਗਤ ਜਿਨ੍ਹਾਂ ਨੇ ਆਪਣੇ ਮਾਂ ਦੀ ਆਖਰੀ ਦਮ ਤੱਕ ਉਹਨਾਂ ਦੀ ਗੱਲਾਂ 'ਤੇ ਫੁੱਲ ਚੜ੍ਹਾਏ। ਅਤੇ ਜੇ ਬੱਚੇ ਸੁਣਨਗੇ, ਜੇ ਬੱਚੇ ਸੁਣਨਗੇ ਕਿ ਇੱਦਾਂ ਦੇ ਬੱਚੇ ਉਹ ਭਗਤ ਪੂਰਨ ਸਿੰਘ ਸੀ ਜਿਨ੍ਹਾਂ ਨੇ ਕਿ ਆਪਣੀ ਮਾਂ ਦੀ ਕਸਮ ਆਖਰੀ ਦਮ ਤੱਕ ਨਿਭਾਈ, ਉਹਨਾਂ ਦੀ ਮਾਤਾ ਜੀ ਨੇ ਪਰਨਕ ਉਹਨਾਂ ਨੂੰ ਸਹੁੰ ਖੁਆਈ ਸੀ ਕਿ ਮੈਂ ਤੈਨੂੰ ਇੱਕ ਰੁਪਈਆ ਅਤੇ ਪੰਜ ਆਨੇ ਸੌਂਪ ਰਹੀ ਹੈ, ਇਹ ਵੀ ਤੂੰ ਆਪਣੇ 'ਤੇ ਨਹੀਂ ਖਰਚਣੇ। ਅਤੇ ਉਹਨਾਂ ਨੇ ਉਹ ਵੀ ਵਾਅਦਾ ਪੂਰਾ ਕੀਤਾ। ਸੋ ਇਸ ਕਰਕੇ ਮੈਂ ਹਮੇਸ਼ਾ ਤੁਹਾਡੇ ਅੱਗੇ ਅਪੀਲ ਕਰਦਾ ਕਿ ਜਿੱਥੇ ਕਿਤੇ ਵੀ ਹੋਵੋ, ਜੇ ਤੁਹਾਨੂੰ ਲਿਟਰੇਚਰ ਚਾਹੀਦਾ ਤਾਂ ਅਸੀਂ ਗੁਰੂ ਘਰ ਦੇ ਵਿੱਚ ਵੀ ਲਿਟਰੇਚਰ ਪਹੁੰਚਾ ਦੇਵਾਂਗੇ, ਅਤੇ ਨਹੀਂ ਸਾਡੇ ਨਗਰ ਕੀਰਤਨਾਂ 'ਤੇ ਜਾਂ ਹੋਰ ਸਮਾਗਮ ਹੋਣ ਅਸੀਂ ਉੱਥੇ ਵੀ ਲਿਟਰੇਚਰ ਵੰਡਦੇ ਹਾਂ। ਸੋ ਜ਼ਰੂਰ ਲਿਟਰੇਚਰ ਪੜ੍ਹਿਆ ਕਰੋ, ਭਗਤ ਪੂਰਨ ਸਿੰਘ ਦੀ ਜ਼ਿੰਦਗੀ ਬਾਰੇ ਜਾਣੀਏ ਤਾਂ ਬਹੁਤ ਕੁਛ ਜੀਵਨ ਦੇ ਵਿੱਚ ਸਿੱਖਣ ਨੂੰ ਮਿਲੂਗਾ। ਜ਼ਰੂਰ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ UK ਦਾ ਸਾਥ ਦਿਓ ਅਤੇ ਆਪਣਾ ਜੀਵਨ ਸਫਲ ਕਰੋ। ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਇਸ ਤਰੀਕੇ ਦਾ ਪ੍ਰੋਗਰਾਮ ਕਰਾਂਗਾ ਜਿਹਦੇ ਵਿੱਚ ਸਾਰੇ ਪਿੰਗਲਵਾੜੇ ਦਾ ਦੌਰਾ TV ਦੇ ਰਾਹੀਂ ਤੁਹਾਡੇ ਨਾਲ ਕਰਾਵਾਂਗੇ ਕਿ ਕਿਵੇਂ, ਕਿੱਥੇ ਕਿੱਥੇ ਉਹ ਡਿਪਾਰਟਮੈਂਟ ਹਨ, ਕੀ ਉਹਨਾਂ 'ਚ ਹੋ ਰਿਹਾ। ਅਤੇ ਇਹ ਜ਼ਰੂਰ ਅਸੀਂ ਹੋਰ ਕਿਸੇ ਪ੍ਰੋਗਰਾਮ 'ਚ ਦਿਖਾਵਾਂਗੇ। ਅੱਜ ਲਈ ਇੰਨਾ ਹੀ ਕਾਫੀ, ਆਪਣਾ ਖਿਆਲ ਰੱਖਿਓ। ਅਤੇ ਅਖੀਰ ਦੇ ਵਿੱਚ ਗੁੱਡ ਲੱਕ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸਤਿ ਸ਼੍ਰੀ ਅਕਾਲ ਜੀ।